ਗੱਲਬਾਤ ਕਰਨ ਵਾਸਤੇ ਸਾਰੇ ਇਕੱਤਰ ਹੋਏ ਹਨ। ਸਬੰਧ ਵਿੱਚ ਗੱਲਬਾਤ ਕਰਨੀ ਹੈ ਦੇਖੋ ਜੀ, ਅਸੀਂ ਪੂਰਾ ਜਿਹੜਾ ਆਮ ਆਦਮੀ ਪਾਰਟੀ ਜਦੋਂ ਤੋਂ ਇਲੈਕਸ਼ਨ ਲੜਦੀ ਰਹੀ ਹੈ ਔਰ ਜੋ ਵਿਧਾਨ ਸਭਾ ਚੋਣਾਂ ਦੇ ਵਿੱਚ ਜੋ ਲੋਕ ਸਭਾ ਚੋਣਾਂ ਦੇ ਵਿੱਚ ਉਹ ਗ੍ਰਾਫ ਕੰਪੈਰੀਜ਼ਨ ਵੀ ਕੀਤਾ ਗਿਆ ਔਰ ਜੇ ਅਸੀਂ ਪਿਛਲੀਆਂ ਲੋਕ ਸਭਾ ਚੋਣਾਂ ਦੇਖੀਆਂ ਤਾਂ ਉਹਦੇ ਨਾਲੋਂ ਬਹੁਤ ਜ਼ਿਆਦਾ ਗ੍ਰਾਫ ਆਮ ਆਦਮੀ ਪਾਰਟੀ ਦਾ ਵਧਿਆ। ਪਰ ਮੈਂ ਫਿਰ ਵੀ ਕਹਾਂਗੀ ਕਿ ਅਸੀਂ ਬਹੁਤ ਮਿਹਨਤ ਕਰਾਂਗੇ ਔਰ ਇਸ ਗ੍ਰਾਫ ਨੂੰ ਅਸੀਂ ਹੋਰ ਉੱਪਰ ਤੱਕ ਲੈ ਕੇ ਜਾਵਾਂਗੇ। ਇਹੀ ਸੁਨੇਹਾ ਮੈਂ ਆਪਣੇ ਵਰਕਰਾਂ ਨੂੰ ਬਿਲਕੁਲ ਜੀ, ਮੈਂ ਇਸ ਲਈ ਉਦਾਹਰਣ ਦਿੱਤੀ ਹੈ ਵੀ ਜਦੋਂ ਇੱਕ ਪਿੰਡ ਦੇ ਸਾਰੇ ਕੰਮ ਕਰਾ ਦਿੱਤੇ ਜਾਣ ਅਤੇ ਫਿਰ ਵੀ ਲੋਕ ਵੋਟ ਨਾ ਪਾਉਣ ਤਾਂ ਇਹਦਾ ਮਤਲਬ ਹੈ ਕਿ ਥੱਲੜੇ ਲੈਵਲ 'ਤੇ ਕਮਿਊਨੀਕੇਸ਼ਨ ਗੈਪ ਹੈ, ਵਰਕਰ ਉਹਨੂੰ ਦੱਸ ਨਹੀਂ ਪਾ ਰਹੇ ਜਾਂ ਵਰਕਰਾਂ ਦੇ ਮਨਾਂ 'ਚ ਕੋਈ ਡਰ ਹੈ। ਸੋ ਇਹ ਮੈਂ ਉਹਨਾਂ ਨੂੰ ਇੱਕ ਉਦਾਹਰਣ ਦਿੱਤੀ ਹੈ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਦੇਖੋ ਜੀ, ਹੋ ਸਕਦਾ ਕਿ ਨਵੀਂ ਪਾਰਟੀ ਸੀ, ਥੋੜ੍ਹਾ ਐਡਮਿਨਿਸਟ੍ਰੇਸ਼ਨ 'ਚ ਕੋਈ ਕਮੀ ਨਜ਼ਰ ਆਈ ਜਾਂ ਸਾਡੇ ਵਰਕਰਾਂ ਨੂੰ ਵੀ ਫੀਲ ਹੋਇਆ ਕਿ ਜਿਹੜੀ ਅਫਸਰ ਸ਼ਾਹੀ ਉਹ ਗੱਲ ਨਹੀਂ ਸੁਣਦੀ, ਪਰ ਉਸ ਕਮੀ ਨੂੰ ਅਸੀਂ ਬਿਲਕੁਲ ਪੂਰਨ ਤੌਰ 'ਤੇ ਦੂਰ ਕਰ ਰਹੇ ਹਾਂ ਔਰ ਜੋ ਵਰਕਰਾਂ ਦੇ ਵਿੱਚ ਐਡਮਿਨਿਸਟ੍ਰੇਸ਼ਨ ਦੇ ਵਿੱਚ ਜੋ ਗੈਪ ਹੈ ਉਹਨੂੰ ਖਤਮ ਕਰਨ ਦੀ ਮੇਨ ਮਕਸਦ ਅਸੀਂ ਜਿਹੜੇ ਕੰਮ ਹੈ ਹਲਕੇ ਦੇ ਕੰਮ ਹੈ ਇੱਕ ਤਾਂ ਉਹ ਦੁਬਾਰਾ ਸ਼ੁਰੂ ਕਰਾਉਣ ਜਾ ਰਹੇ ਹਾਂ ਔਰ ਅਫਸਰਾਂ ਨੂੰ ਇਸ ਕਰਕੇ ਮੈਂ ਆਪਣੀ ਨਿਗਰਾਨੀ ਹੇਠ ਬੁਲਾਇਆ ਵੀ ਕਿਤੇ ਕੋਈ ਸਾਡੇ ਵਰਕਰਾਂ ਨਾਲ ਧੱਕਾ ਨਾ ਹੋ ਰਿਹਾ ਹੋਵੇ ਜਾਂ ਸਾਡੇ ਵਰਕਰਾਂ ਦੀ ਗੱਲ ਜਿਹੜੀ ਅਣਸੁਣੀ ਨਾ ਹੋ ਰਹੀ ਹੋਵੇ। ਸੋ ਇਹ ਸਾਰੇ ਕੰਮ ਅਸੀਂ ਅੱਜ ਆਪਣੀ ਨਿਗਰਾਨੀ ਦੇ ਵਿੱਚ ਮੈਂ ਸ਼ੁਰੂ ਕਰਾਂਗਾ। ਦੇਖੋ ਜੀ, ਇਹ ਮਾਮਲਾ ਜਿਹੜਾ ਇਹ ਕਾਫੀ ਪੋਲੀਟੀਕਲ ਜਿਹੜੀ ਇਨਵੋਲਵਮੈਂਟ ਹੋ ਗਈ ਹੈ ਔਰ ਜੋ ਰਿਐਕਸ਼ਨ ਸੀ ਕੰਗਣਾ ਦਾ ਮੈਨੂੰ ਲੱਗਦਾ ਕਿ ਪੰਜਾਬ ਦੇ ਪ੍ਰਤੀ ਉਸ ਚੀਜ਼ ਨੂੰ ਜ਼ਿਆਦਾ ਐਗਜੈਗਰੇਟ ਵੀ ਹੋਇਆ ਔਰ ਲੋਕਾਂ ਦੇ ਮਨਾਂ 'ਚ ਠੇਸ ਵੀ ਪਹੁੰਚੀ ਔਰ ਉਸੇ ਚੀਜ਼ ਨੂੰ ਲੈ ਕੇ ਜਿਹੜਾ ਹਿਮਾਚਲ ਦੇ ਵਿੱਚ ਆਪੋਜ਼ਿਟ ਰਿਐਕਸ਼ਨ ਆਇਆ। ਮੈਂ ਆਪਣੇ ਲੋਕਾਂ ਨੂੰ ਬੇਨਤੀ ਕਰਾਂਗੀ ਕਿ ਆਪਸੀ ਭਾਈਚਾਰਕ ਸਾਂਝ ਜਿਹੜੀ ਉਹ ਬਣਾ ਕੇ ਐਸ ਸੱਚ ਮੇਰੀ ਉਹਨਾਂ ਨਾਲ ਕੋਈ ਪਰਸਨਲੀ ਗੱਲਬਾਤ ਨਹੀਂ ਹੋਈ, ਪਰ ਮੈਂ ਇਹ ਕਹਾਂਗੀ ਕਿ ਹੋ ਸਕਦਾ ਕਿ ਵੇ ਆਫ ਰਿਐਕਸ਼ਨ ਗਲਤ ਹੋਵੇ ਪਰ ਜੋ ਉਹਨਾਂ ਦੇ ਮਨਾਂ ਦੇ ਵਿਚਾਰ ਸੀ ਉਹ ਆਪਣੇ ਦਿਲ ਦੀ ਉਹਨੇ ਗੱਲ ਬੱਚੀ ਨੇ ਕੀਤੀ। ਇਹੋ ਜਿਹੀ ਕੋਈ ਗੱਲ ਨਹੀਂ ਹੈ ਕਿਉਂਕਿ ਮਾਨ ਸਾਹਿਬ ਨੇ ਜਿਹੜੀਆਂ ਵੀ ਪਾਲਿਸੀਆਂ ਬਣਾਈਆਂ ਬੜੀਆਂ ਸੋਚ ਸਮਝ ਕੇ ਬਣਾਈਆਂ। ਕੁਛ ਮੌਸਮ ਦਾ ਬਹੁਤ ਜ਼ਿਆਦਾ ਕਹਿਰ ਕਹਿ ਲਓ ਔਰ ਬਿਜਲੀ ਦੀ ਜ਼ਿਆਦਾ ਕੰਜ਼ਪਸ਼ਨ ਕਹਿ ਲਓ, ਉਹਦੇ ਕਰਕੇ ਇਹ ਉਤਾਰ ਚੜਾਅ ਆਉਂਦੇ ਰਹਿੰਦੇ ਆ ਔਰ ਇਹ ਵਾਧਾ ਵੀ ਹੋ ਗਿਆ, ਚਲੋ ਘਟਾ ਵੀ ਦੇਵਾਂਗੇ ਕੋਈ ਐਡੀ ਗੱਲ। ਬਿਲਕੁਲ ਬਿਲਕੁਲ ਜੀ, ਔਰ ਇਸ ਪ੍ਰੋਸੈਸ ਨੂੰ ਕਹਿ ਲਓ ਕਿ ਅੰਡਰ ਐਗਜ਼ਾਮੀਨੇਸ਼ਨ ਹੈ ਔਰ ਮਾਨ ਸਾਹਿਬ ਦੇ ਮਨ 'ਚ ਵੀ ਗਾਲੀ ਹੈ ਕਿ ਜਿਹੜਾ ਆਪਣੀਆਂ ਭੈਣਾਂ ਨਾਲ ਵਾਅਦਾ ਕੀਤਾ ਜਲਦ ਪੂਰਾ ਕੀਤਾ। ਅਸੀਂ ਪਹਿਲਾਂ ਵੀ ਆਪਣੇ ਕੰਮ ਦੇ ਆਧਾਰ 'ਤੇ ਹੀ ਵੋਟ ਮੰਗਦੇ ਆਏ ਹਾਂ ਔਰ 2 ਸਾਲਾਂ 'ਚ ਜੋ ਕੰਮ ਕੀਤੇ ਆ ਉਹ ਹੋਰ ਵੀ ਜਿੰਨਾ ਸਮਾਂ ਸਾਡੇ ਕੋਲ ਹੈ ਪਿੰਡਾਂ ਦੇ ਵਿੱਚ ਵੱਧ ਤੋਂ ਵੱਧ ਕੰਮ ਕਰਾਵਾਂਗੇ, ਲੋਕਾਂ ਦਾ ਜੀਵਨ ਸੁਖਾਲਾ ਕਰਾਂਗੇ ਔਰ ਉਹਦੇ ਬੇਸ 'ਤੇ ਵੋਟ ਮੰਗਾਂਗੇ ਔਰ ਬਹੁਤ ਜੋਸ਼ ਨਾਲ ਵੋਟ ਮੰਗਾਂਗੇ।